ਅਸਲਾਮ ਅਲੈਕੁਮ, ਸਤਿ ਸ਼੍ਰੀ ਅਕਾਲ। ਮੈਂ ਤੁਹਾਡਾ ਆਪਣਾ ਨਸਰ ਢਿੱਲੋਂ ਲਾਇਲਪੁਰ ਪਾਕਿਸਤਾਨ ਤੋਂ, ਅਤੇ ਮੇਰੇ ਨਾਲ ਲਵਲੀ ਸਿੰਘ ਨਨਕਾਣਾ ਸਾਹਿਬ ਤੋਂ। ਚੜ੍ਹਦੇ ਅਤੇ ਲਹਿੰਦੇ ਪੰਜਾਬ ਵਿਚਕਾਰ ਸਾਂਝਾ ਨੂੰ ਲੱਭਦੇ ਲੱਭਦੇ ਅੱਜ ਅਸੀਂ ਪਹੁੰਚੇ ਹਾਂ ਪਿੰਡ ਸੱਠ ਜੀਂਬੇ ਸ਼ਹਿਬਾਜ਼ਪੁਰ, ਜੋ ਹੈ ਲਾਇਲਪੁਰ ਦੀ ਲਹਿੰਦੀ ਸਾਈਡ 'ਤੇ। ਸੰਨ 47 ਦੀ ਪਾਰਟੀਸ਼ਨ ਤੋਂ ਪਹਿਲੇ ਇੱਥੇ ਵਸਦੇ ਸਨ ਔਲਖ ਸਰਦਾਰ। ਇਹ ਪਿੰਡ ਆ ਕੁਲਦੀਪ ਸਿੰਘ ਔਲਖ ਦੇ ਵੱਡ ਵਡੇਰਿਆਂ ਦਾ। ਉਹਨਾਂ ਦੇ ਵਡੇਰੇ ਨਾਰਾਇਣ ਸਿੰਘ ਸ਼ਹਿਬਾਜ਼ਪੁਰੀ, ਜਿਨ੍ਹਾਂ ਦੀ ਗੋਤ ਔਲਖ ਸੀ, ਉਹਨਾਂ ਦੇ 6 ਪੁੱਤਰ ਸਨ ਅਤੇ 1 ਧੀ ਸੀ। ਉਹਨਾਂ ਦਾ ਇੱਕ ਪੁੱਤਰ ਸਰਦਾਰ ਤਾਰਾ ਸਿੰਘ ਔਲਖ, ਜਿਹੜਾ ਕਿ ਬੜਾ ਨਾਮੀ ਗ੍ਰਾਮੀ ਉਸ ਵੇਲੇ ਦਾ ਪਹਿਲਵਾਨ ਸੀ, ਕੁਸ਼ਤੀਆਂ ਲੜਦਾ ਸੀ, ਅਤੇ ਉਹਨੇ ਇਸੇ ਹੀ ਏਰੀਏ ਦੇ ਮਸ਼ਹੂਰ ਪਹਿਲਵਾਨ ਬਰਕਤ ਪਹਿਲਵਾਨ ਨੂੰ ਹਰਾ ਕੇ ਆਪਣਾ ਨਾਂ ਇਸ ਇਲਾਕੇ ਵਿੱਚ ਮਸ਼ਹੂਰ ਕੀਤਾ ਸੀ। ਅੱਜ ਅਸੀਂ ਪਹੁੰਚੇ ਹਾਂ ਇਸ ਪਿੰਡ, ਵਿਖਾਵਾਂਗੇ ਤੁਹਾਨੂੰ ਪਿੰਡ ਦੀਆਂ ਗਲੀਆਂ ਮੁਹੱਲੇ, ਅਤੇ ਮਿਲਾਵਾਂਗੇ ਉਹਨਾਂ ਲੋਕਾਂ ਨੂੰ ਜਿਹੜੇ ਇਸ ਪਿੰਡ ਵਿੱਚ ਵੱਸਦੇ ਨੇ। ਇਹ ਸਕਰੀਨ 'ਤੇ ਸਾਹਮਣੇ ਜੇ ਤੁਸੀਂ ਵੇਖ ਰਹੇ ਹੋ, ਇਹ ਹਾਈ ਸਕੂਲ ਆ ਇਸੇ ਹੀ ਪਿੰਡ ਦਾ, ਸੱਠ ਜੀਂਬੇ ਸ਼ਹਿਬਾਜ਼ਪੁਰ ਦਾ। ਇਸੇ ਪਿੰਡ ਦੇ ਵਸਨੀਕ ਜਿਹੜੀ ਪਾਰਟੀਸ਼ਨ ਦੇ ਟਾਈਮ, 1947 ਦੇ ਟਾਈਮ ਇੰਡੀਆ ਚੜ੍ਹਦੇ ਪੰਜਾਬ ਵਿੱਚ ਜਾ ਕੇ ਵੱਸ ਗਏ ਸਨ ਇਸੇ ਹੀ ਪਿੰਡ ਤੋਂ। ਉਹ ਪਰਿਵਾਰ ਮੁਖਤਲਿਫ ਪਿੰਡਾਂ ਦੇ ਵਿੱਚ ਅੱਜ ਵੀ ਵੱਸ ਰਹੇ ਨੇ, ਜੋ ਕਿ ਚੜ੍ਹਦੇ ਪੰਜਾਬ ਵਿੱਚ ਸ਼ਹਿਬਾਜ਼ਪੁਰ, ਦਿਆਲ ਰਾਜਪੂਤਾਂ, ਜਮਾਲਪੁਰ, ਗਲਾਲੀਪੁਰ, ਗੋਪਾਲਾ, ਕੋਹਰਕਾ, ਮਿਆਣੀ, ਸੁੱਗਾ, ਵੈਜੀਪੁਰ, ਬਾਠ ਅਤੇ ਬਗਰਾੜੀ ਵਿੱਚ ਵੱਸਦੇ ਪਏ ਨੇ। ਇਸੇ ਹੀ ਪਿੰਡ ਤੋਂ ਉੱਠ ਕੇ ਗਏ ਜਿਹੜੇ ਸਰਦਾਰ ਨੇ। ਅਤੇ ਸਾਰੇ ਦੋਸਤਾਂ ਅੱਗੇ ਰਿਕੁਐਸਟ ਆ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ, ਅਤੇ ਸਾਡਾ ਚੈਨਲ ਆ ਪੰਜਾਬੀ ਲਹਿਰ ਫੇਸਬੁੱਕ ਅਤੇ ਯੂਟਿਊਬ 'ਤੇ, ਇਹਨੂੰ ਸਬਸਕ੍ਰਾਈਬ ਕਰੋ ਤਾਂ ਕਿ ਇਸ ਤਰ੍ਹਾਂ ਦੀ ਵੀਡੀਓਜ਼, ਐਕਟੀਵਿਟੀਜ਼ ਜਿਹੜੀਆਂ ਤੁਹਾਡੇ ਨਾਲ ਸ਼ੇਅਰ ਕਰਦੇ ਰਹੀਏ। ਵਾਲੇਕੁਮ ਅਸਲਾਮ ਵਰਹਮਤੁਲਾਹ ਵਬਰਕਾਤੁਹ। ਕੀ ਨਾਮ ਤੁਹਾਡਾ? ਮੇਰਾ ਨਾਂ ਜੀ ਲਾਲਦੀਨ ਆ, ਲਾਲੋ ਇਸਾਂ ਅਤੇ ਲਾਲਦੀਨ ਸ਼ਬਾਜ਼ੀ ਬਣ ਗਿਆ ਮੇਰੇ ਪਿੰਡ ਦੇ ਭਰਾਵਾਂ ਨੇ ਕਿਹਾ ਕਿ ਪਿੰਡ ਦਾ ਨਾਂ ਨਾਲ ਲਿਖਾਓ। ਤੁਹਾਡੇ ਬਾਈ ਦਾ ਕੀ ਨਾਂ? ਉਹਨਾਂ ਦਾ ਨਾਮ ਮੁਹੰਮਦ ਮੁਨਸ਼ੀ ਸੀ। ਬਰਾਦਰੀ ਕਿਹੜੀ? ਬਰਾਦਰੀ ਅਸੀਂ ਮੀਰ ਆਲਮ ਹੁੰਦੇ ਹਾਂ। ਮੀਰ ਆਲਮ? ਹਾਂਜੀ। ਅਤੇ ਇਹ ਦੱਸੋ ਵੀ ਆਪਣੇ ਕਿੰਨੀ ਉਮਰ ਕਿੰਨੀ ਹੋ ਗਈ ਤੁਹਾਡੀ? ਉਮਰ ਮੇਰੇ ਖਿਆਲ ਦਾ ਜੀ ਕੋਈ ਤਕਰੀਬਨ 82-83 'ਚ ਜਾ ਰਿਹਾ। 82-83? ਹਾਂਜੀ। ਜਦੋਂ ਹੋਈ ਆ ਵੰਡ ਪੰਜਾਬ ਦੀ? ਹਾਂਜੀ, ਉਸ ਵੇਲੇ। ਹਾਂਜੀ ਹਾਂਜੀ। ਜਦੋਂ ਉਜਾੜੇ ਪਏ ਆ ਉਦੋਂ ਕਿੰਨੀ ਕੁ ਉਮਰ ਸੀ? ਉਦੋਂ ਕੋਈ 9-10 ਸਾਲ ਦਾ ਸਾਂ, ਥੋੜ੍ਹੀ ਜਿਹੀ ਉਹ ਝਲਕ ਜਿਹੀ ਫਿਰਦੀ ਅੱਖਾਂ 'ਚ। ਅੱਛਾ, ਕੋ ਫਿਲਮ ਜੀ ਸਾਹਮਣੇ ਆਉਂਦੀ ਅੱਖਾਂ 'ਚ? ਹਾਂਜੀ, ਹਰਚਲ ਬੱਚੀ ਸੀ, ਕਿਆਮਤ ਸੀ ਸਮਝੋ, ਬੜਾ ਨਾਜ਼ੁਕ ਬੱਕਸ ਸੀ। ਅੱਛਾ, ਇਹ ਦੱਸੋ ਵੀ ਉਦੋਂ ਦੀਆਂ ਕੋਈ ਗੱਲਾਂ ਯਾਦ ਨੇ, ਕੋਈ ਬੰਦੇ ਯਾਦ ਨੇ, ਕੋਈ ਨਾਂ ਯਾਦ ਨੇ ਜਿਹੜੇ ਆਪਣੇ ਪਿੰਡ ਸਰਦਾਰ ਰਹਿੰਦੇ ਹੁੰਦੇ ਸੀ ਜਾਂ ਹੋਰ? ਆਪਣੇ ਪਿੰਡ ਦੇ ਉਹ ਭਲਵਾਨ ਸੈਨ ਸਿੰਘ ਸੀ। ਹਾਂਜੀ। ਅਤੇ ਸਰਦਾਰ ਝੰਡਾ ਸਿੰਘ ਸੀ, ਪ੍ਰੀਤਮ ਸਿੰਘ ਨੰਬਰਵਾਰ ਸੀ, ਉਹ ਛੋਟੇ ਛੋਟੇ ਹੁੰਦੇ। ਪਿੰਡ ਕਿਹੜਾ ਵਾ ਜਿਹੜਾ ਅਸੀਂ ਬੈਠੇ ਹਾਂ? ਇਹ ਜਿਹੜਾ ਪਿੰਡ ਜਿਹੜੇ ਜਿੱਥੇ ਅਸੀਂ ਬੈਠੇ, ਇਹਦਾ ਨਾਂ
ਇਸ ਪਿੰਡ ਦਾ ਨਾਮ ਆ ਚੱਕ ਨੰਬਰ 60 ਸ਼ਾਬਾਦਪੁਰ ਜੀਮਬੇ ਜੀਮਬੇ ਚੱਕ ਨੰਬਰ ਆ ਜੀ ਹਾਂਜੀ ਹਾਂਜੀ ਅੱਛਾ ਇਹ ਪਿੰਡ ਬੜਾ ਮੈਂ ਵੇਖਦਾ ਆ ਪਿੰਡ ਬੜਾ ਸਾਫ ਸੁਥਰਾ ਹਾਂਜੀ ਹੁਣ ਹੋ ਗਿਆ ਸੋਲੰਗ ਲੱਗੇ ਹੁਣ ਹੋ ਗਿਆ ਪਹਿਲੇ ਤੇ ਝਟਕਾ ਜਿਹਾ ਸੀ ਸੜਕਾਂ ਸੁੜਕਾਂ ਕੱਚੀਆਂ ਸੀ ਧੂੜ ਹੀ ਉੱਡਦੀ ਸੀ ਅੱਛਾ ਕਿਵੇਂ ਦੀ ਆਉਂਦੇ ਜੋ ਫਿਲਮ 47 ਵੇਲੇ ਉਜਾੜਿਆਂ ਵੇਲੇ ਕੋਈ ਫਿਲਮ ਅੱਖਾਂ ਦੇ ਸਾਹਮਣੇ ਫਿਰਦੀ ਕੀ ਯਾਦ ਆਉਂਦਾ ਉਦੋਂ ਯਾਦ ਇਹ ਆਉਂਦਾ ਕਿ ਹਰਚਲ ਮੱਚੀ ਸੀ ਕਿ ਕਿਸੇ ਬੰਦੇ ਨੂੰ ਇਹ ਨਹੀਂ ਸੀ ਯਕੀਨ ਆਉਂਦਾ ਕਿ ਬਣੇਗਾ ਕੀ ਅਸਾਂ ਇੱਥੇ ਰਹਿਣਾ ਜ਼ਿਆਦਾ ਹੀ ਰਹਿਣਾ ਅੱਛਾ ਇਹ ਦੱਸੋ ਕਿ ਇੱਥੇ ਕੋਈ ਮਾੜੀ ਚੰਗੀ ਹੋਸ਼ ਤੁਹਾਨੂੰ ਇੱਥੇ ਬਰਾਦਰੀਆਂ ਕਿਹੜੀਆਂ ਬੈਠੀਆਂ ਹੁੰਦੀਆਂ ਸੀ ਜਿਵੇਂ ਨਾਂ ਦੇ ਤੁਸੀਂ ਦੱਸੇ ਸਰਦਾਰਾਂ ਦੇ ਹਾਂਜੀ ਬਰਾਦਰੀ ਕਿਹੜੀਆਂ ਬੈਠੀ ਸੀ ਪਿੰਡ ਦੇ ਜ਼ਿਆਦਾ ਦੋਨਾਂ ਦੀ ਹੁਣ ਗੋਦਾ ਤੇ ਪਤਾ ਨਹੀਂ ਗਾ ਹਾਂਜੀ ਤੇ ਉਹ ਮੈਂ ਇੰਨੀ ਪਛਾਣ ਨਹੀਂ ਸਾਡੇ ਬਜ਼ੁਰਗਾਂ ਨੂੰ ਪਤਾ ਸੀ ਸਾਰਿਆਂ ਦਾ ਉਹਨਾਂ ਦੀ ਜਾਤ ਕਬੀਲੇ ਤੱਕ ਕੋਈ ਜਾਣਦੇ ਸੀ ਸਾਡੇ ਵਾਲਦ ਰਿਸ਼ਤੇ ਵੀ ਕਰਾਉਂਦੇ ਸੀ ਅਤੇ ਸਾਡਾ ਬਾਅਦ ਘਰ ਇੱਥੇ ਮੁਸਲਮਾਨਾਂ ਦਾ ਸੀ ਇਹ ਮੀਰ ਆਲਮਾਂ ਦਾ ਬਾਕੀ ਸਾਰੇ ਜਿੰਨੇ ਸਰਦਾਰ ਸੀ ਸਾਰੇ ਉਹਨਾਂ ਨੂੰ ਬਹੁਤ ਪੀਰਾਂ ਨੂੰ ਮੰਨਦੇ ਸੀ ਉਹ ਰਿਸ਼ਤੇ ਰਿਸ਼ਤੇ ਕਰਾਉਂਦੇ ਸੀ ਅੱਛਾ ਰਹਿਣ ਸਹਿਣ ਇਹਨਾਂ ਦਾ ਸਰਦਾਰਾਂ ਦਾ ਕਿਵੇਂ ਸੀ ਕੋਈ ਪਹਿਲੋਂ ਪਾਰਟੀਸ਼ਨ ਤੋਂ ਪਹਿਲੋਂ ਪਾਰਟੀਸ਼ਨ ਤੋਂ ਪਹਿਲੇ ਬੜਾ ਠੀਕ ਠਾਕ ਸੀ ਹਾਂਜੀ ਬਿਲਕੁਲ ਇਹਨੇ ਜਿਵੇਂ ਬਰਾਦਰੀ ਦਾ ਨਿੰਦਰਾ ਭਾਜੀ ਹੁੰਦਾ ਹਾਂਜੀ ਨਹੀਂ ਉਹ ਇਹਨਾਂ ਨੂੰ ਸਿਰਫ ਉਹ ਜਿਹੜੇ ਸੀ ਨਾ ਮੁਸਲਮਾਨਾਂ ਦੇ ਕੋਈ 10-12 ਘਰ ਸਾਡੇ ਇਹਨਾਂ ਨੇ ਵੀ ਉਸ ਹਰਚਲ ਤੋਂ ਰੋਲੇ ਤੋਂ ਡਰਦਿਆਂ ਜੀ ਆਦਨ ਭੇਜ ਦਿੱਤਾ ਅਤੇ ਸਿਆਣੇ ਸਿਆਣੇ ਇੱਕ ਦੋ ਬੰਦੇ ਘਰ ਰਹਿ ਗਏ ਮਾਲ ਡੰਗਰ ਵਾਸਤੇ ਅਤੇ ਇੱਥੇ ਇੱਕ 33 ਚੱਕ ਆਪਣਾ 36 ਚੱਕ ਪਿੰਡ ਸੀ ਉੱਥੋਂ ਮੁਸਲਮਾਨਾਂ ਦਾ ਪਿੰਡ ਸੀ ਉੱਥੋਂ ਉਹ ਪਿੰਡ ਖਾਲੀ ਹੋ ਗਿਆ ਅਤੇ ਇਹਨਾਂ ਨੇ ਵੀ ਜੀ ਉੱਥੇ ਆਪਣੇ ਕਰ ਦਿੱਤੇ ਜਿਸ ਵੇਲੇ ਅਮਨ ਹੋਇਆ ਅਤੇ ਫਿਰ ਵਾਪਸ ਆ ਗਏ ਸਾਡੇ ਵੀ ਜੀ ਇਸ ਤਰ੍ਹਾਂ ਦਾ ਚੱਕਰ ਸੀ ਉਸ ਵੇਲੇ ਅਤੇ ਬੜੇ ਦਿਲ ਦਹਿਲੇ ਸੀ ਸਾਰਿਆਂ ਦੇ ਪਤਾ ਨਹੀਂ ਵੀ ਕੀ ਹੋ ਜਾਣਾ ਅੱਛਾ ਇਹ ਮੈਂ ਪੁੱਛਦਾ ਹੁੰਦਾ ਸਵਾਲ ਇੱਕ ਕਿ ਇਹ ਤੋਂ ਜਦੋਂ ਪੰਜਾਬ ਜਿਹੜਾ ਇਕੱਠਾ ਸੀ ਸਾਰਾ ਜੀ ਉਦੋਂ ਲੋਕਾਂ ਦਾ ਰਹਿਣ ਸਹਿਣ ਦਾ ਪੁੱਛਦਾ ਵਾ ਬਾਕੀ ਇਹ ਵੀ ਅਸੀਂ ਚਾਹ ਮੁਸਲਮਾਨ ਲਹਿਦਾ ਹੋ ਗਏ ਹਿੰਦੂ ਲਹਿਦਾ ਹੋ ਗਏ ਸਿੱਖ ਲਹਿਦਾ ਹੋ ਗਏ ਜੀ ਮੈਂ ਵੈਸੇ ਪੁੱਛਦਾ ਕਿ ਦੌਰ ਉਹ ਠੀਕ ਸੀ ਕਿ ਹੁਣ ਵਾਲਾ ਠੀਕ ਹੈ ਬੜਾ ਅਮਨ ਦਾ ਦੌਰ ਸੀ ਸਾਡੇ ਬਜ਼ੁਰਗਾਂ ਨੇ ਜਿਸ ਤਰ੍ਹਾਂ ਬਕਰ ਗੁਜ਼ਾਰਿਆ ਸਨ ਅਤੇ ਉਹ ਚੰਗਾ ਲੱਗਦਾ ਸੀ ਹੁਣ ਵੀ ਠੀਕ ਹੈ ਜਿਵੇਂ ਵੀ ਕੀ ਕਰਨਾ ਫਿਰ ਹੁਣ ਪਰ ਨਹੀਂ ਉਹ ਦੌਰ ਬਾਂਦੇ ਦਾ ਬਜ਼ੁਰਗ ਗੱਲਾਂ ਕਰਦੇ ਜੋ ਦੌਰ ਨਹੀਂ ਲੱਭਣਾ ਅਮਨ ਸੀ ਉਹ ਬੜਾ ਅਮਨ ਸੀ ਅਮਨ ਨੇ ਬੜਾ ਅਮਨ ਸੀ ਉਸ ਵੇਲੇ ਕੋਈ ਨਾਂ ਹੋਰ ਯਾਦ ਆਉਂਦੇ ਜਿਹੜੇ ਇੱਕ ਪਿੰਡ ਦੇ ਆਦ ਨਹੀਂ ਹੋਰ ਨਹੀਂ ਕੋਈ ਐਡੇ ਨਾਂ ਯਾਦ ਆ ਰਿਹਾ ਬਿਸ਼ਨ ਸਿੰਘ ਸਤਰਖਾਨ ਹੁੰਦਾ ਸੀ ਉਹ ਹਿੰਦੂ ਸੀ ਰਾਮ ਸਿੰਘ ਹੁੰਦਾ ਸੀ ਉਹ ਮਹਿਰਾ ਸੀ ਜਿਹਨਾਂ ਨੂੰ ਮਾਛੀਆਂ ਨੇ ਪਾਣੀ ਭਰਨ ਵਾਲੇ ਬੜਾ ਭਲਾ ਬਕਰ ਸੀ ਹਾਂਜੀ ਬਕਰ ਜਿਹੜਾ ਉਹ ਸੀ ਜਦੋਂ ਐਲਾਨ ਹੋਇਆ ਤੇ ਇੱਕ ਦੂਜੇ ਨੂੰ ਮਰਨ ਵੱਟਣ ਡਿਆ ਵੀ ਉਦੋਂ ਕੀ ਹੋ ਗਿਆ ਉਦੋਂ ਬਸ ਹਰਚਲ ਮੱਚੀ ਸੀ ਬੜਾ ਬਦ ਬਚਾ ਕੇ ਜਸੇ ਆਉਂਦੇ ਸੀ ਅਤੇ ਬੰਦੇ ਨੂੰ ਕੁੱਤੇ ਜਿੰਨਾ ਮੁੱਲ ਨਹੀਂ ਸੀ ਫੜਕਾ ਕੇ ਰੱਖ ਦਿੰਦੇ ਸੀ ਲੋਕ ਬਚਦੇ ਸੀ ਬਦ ਬਚਾ ਕੇ ਕਿਤੇ ਇਕੱਲੇ ਜਾਣ ਦਾ ਵਕਤ ਨਹੀਂ ਸੀ ਡਰਦੇ ਇਕੱਲੇ ਨਹੀਂ ਸੀ ਜਾਂਦੇ ਇਸ ਤਰ੍ਹਾਂ ਦਾ ਟਾਈਮ ਸੀ ਅਤੇ ਅਸਾਂ ਬਾਹਰ ਫਿਰ ਮਾਲ ਮੂਲ ਚਰਨ ਜਾਣਾ ਫਸਲਾਂ ਉਜਾੜ ਪਿਆ ਸੀ ਉਜਾੜ ਪਿਆ ਸੀ ਅਤੇ ਫਿਰ ਅਸਾਂ ਉਹ ਜਿੱਥੇ ਜਾ ਕੇ ਫਸਲਾਂ 'ਚ ਛੱਡ ਛੁੱਡ ਦੇਣੀਆਂ ਜਿਸ ਵੇਲੇ ਫਿਰ ਆ ਕੇ ਲੋਕ ਬਹਿ ਬੂ ਗਏ ਆਪਣਾ ਆਪਣਾ ਕਬਜ਼ਾ ਉਹਨਾਂ ਕਰ ਲਿਆ ਅਤੇ ਫਿਰ ਉਹ ਰੋਕਥਾਮ ਹੋ ਗਈ ਅਤੇ ਬਸ ਇਸ ਤਰ੍ਹਾਂ ਸੀ ਕਿ ਦਿਲ ਦਹਿਲਿਆ ਸੀ ਕੋਈ ਕੋਈ ਪੁਸ਼ਪ ਪ੍ਰਤੀਤ ਨਹੀਂ ਸੀ ਕੋਈ ਲੈਣਾ ਨਹੀਂ ਸੀ ਕੋਈ ਦੇਣਾ ਨਹੀਂ ਸੀ ਫਸਲਾਂ 'ਚ ਉਜਾੜ ਪਿਆ ਸੀ ਲਾਲ ਮਰਾੜੇ ਸੁਨੇ ਖਾਲੀ ਉਹ ਛੱਡ ਕੇ ਚਲੇ ਗਏ ਫਿਰ ਮੁਸਲਮਾਨ ਉਧਰੋਂ ਜਿਹੜੇ ਆਏ ਉਹਨਾਂ ਨੂੰ ਫਿਰ ਸਾਂਭ ਸੂੰਭ ਲਿਆ ਆਪਣੇ ਆਪਣੇ ਇੱਥੇ ਜ਼ਿਆਦਾ ਜੱਟ ਸਾਡੇ ਸਨੌਲਿਆਂ ਦੇ ਆ ਜਿਹੜਾ ਹੁਸ਼ਿਆਰਪੁਰ ਸੀ ਜਾਂ ਜਲੰਧਰ ਸੀ ਉੱਥੋਂ ਦੇ ਲੋਕ ਜ਼ਿਆਦਾ ਬੈਠੇ ਆ ਰਾਜਪੂਤ ਦਾ ਉਹ ਵੀ ਹੁਸ਼ਿਆਰਪੁਰ ਜਲੰਧਰ ਦੇ ਸਲੋਹਾ ਪਿੰਡ ਸੀ ਉੱਥੋਂ ਦੇ ਜ਼ਿਆਦਾ ਸਲੋਹਾ ਹੋਰ ਪਿੰਡਾਂ ਦੇ ਵੀ ਹੈ ਰੁੜਕੀ ਦੇ ਵੀ ਹੈ ਨੇ ਮੈਂ ਸਰਕਾਰ ਦੇਖਦਾ ਤਾਂ ਨਹੀਂ ਮੈਂ ਲਿਖਾਰੀਆਂ ਦਾ ਕਲਾਮ ਪੜ੍ਹਨ ਵਾਲਾ ਵਾਂ ਮੈਂ ਫਨਕਾਰ ਲੋਕ ਫਨਕਾਰ ਹਾਂ ਡੰਗਰ ਚਾਰ ਦਾ ਮੇਰੀ ਪ੍ਰੈਕਸਲ ਹੋਈ ਹੈ ਅਤੇ ਮਤਲਬ ਆਵਾਜ਼ ਅੱਲਾ ਪਾਕ ਨੇ ਦਿੱਤਾ ਸੀ ਨਹੀਂ ਸਹੀ ਕੋਈ ਚੰਗਾ ਉਹ ਗਾਣਾ ਮੇਰਾ ਟੌਪ 'ਤੇ ਰਿਹਾ ਜੀ ਪਹਿਲਾ ਗਾਣਾ ਸੀ ਅਤੇ ਪਹਿਲਾ ਟੌਪ 'ਤੇ ਆਇਆ ਸਾਲ ਭਰ ਉਹਦੇ ਫਿਲਮੀ ਨਾ ਗੈਰ ਫਿਲਮੀ
ਤਵਾ ਉਹਦੇ ਬਰਾਬਰ ਸੇਲ ਕੋਈ ਨਹੀਂ ਹੋਇਆ ਜਿਹਦੇ ਬੋਲਨੇ ਕਿ ਉਹ ਨਿਗੰਧਲਾ ਤੋੜਦਿਆ ਮੁਟਿਆਰ ਨਿਗੰਧਲਾ ਤੋੜਦੀਏ ਮੁਟਿਆਰੇ ਨੀ ਜ਼ਰਾ ਮੁੱਖ ਨੂੰ ਇੱਧਰ ਮੋੜ ਨਿਗੰਧਲਾ ਤੋੜਦੀਏ ਮੁਟਿਆਰੇ ਪਾਕੇ ਲੀੜੇ ਬੰਨ ਸੁਬੰਨੇ ਟੱਪਦੀ ਜਾਵੇ ਬੱਚਾ ਬੰਨੇ ਤੈਨੂੰ ਕੋਈ ਨਹੀਂ ਸਕਦਾ ਮੋੜ ਨੀ ਜ਼ਰਾ ਮੁੱਖ ਨੂੰ ਇੱਧਰ ਮੋੜ ਨਿਗੰਧਲਾ ਤੋੜਦੀਏ ਮੁਟਿਆਰ ਮਹਿਕਮਾ ਸਰਾਇਤ ਨੇ ਜੈਸੀ ਪ੍ਰੋਗਰਾਮ ਇੱਕ ਚੱਲਦਾ ਹੁੰਦਾ ਸੀ ਉਹਨਾਂ ਨੇ ਸਾਨੂੰ ਡਬਲ ਏ ਕਲਾਸ ਦਿੱਤੀ ਹੈਜ਼ਾ ਮੈਂ ਡੋਗਰ ਸੀ ਅਤੇ ਉਹ ਕਹਿੰਦਾ ਕਿ ਲਾਲ ਦੀ ਨਾ ਤੇਰੇ ਬੋਲਾਂ 'ਚੋਂ ਜ਼ਰਾਇਤ ਬੋਲਦਾ ਮੈਂ ਕਿਹਾ ਡੋਗਰ ਸਾਹਿਬ ਅਰਦੇ ਆ ਕਿ ਮੈਂ ਗੱਲਾਂ ਨਹੀਂ ਯਾਦ ਕੀਤੀਆਂ ਮੇਰਾ ਪ੍ਰੈਕਟੀਕਲ ਆ ਮੈਂ ਹੱਥੀਂ ਕੀਤਾ ਹੱਥ ਦੀ ਜੰਗੀ ਫੜ ਕੇ ਤੁਕੇ ਵਰਗਾ ਸਿਆੜ ਕੱਢ ਕੇ ਵੇਖਿਆ ਮੇਰੇ ਗਾਣਿਆਂ ਦੇ ਵਿੱਚੋਂ ਮੇਰੇ ਬੋਲਾਂ ਦੇ ਵਿੱਚ ਜ਼ਰਾਇਤ ਤਾਂ ਬੋਲਦਾ ਜਿਸ ਤਰ੍ਹਾਂ ਹਲ ਨੂੰ ਹਲ ਪੱਥੀ ਨੂੰ ਪੱਥੀ ਪੰਜਾਲੀ ਨੂੰ ਪੰਜਾਲੀ ਅਰਲੀ ਨੂੰ ਅਰਲੀ ਢੱਗੇ ਨੂੰ ਢੱਗਾ ਬਲਦ ਨੂੰ ਬਲਦ ਕਹਿਣਾ ਨਾ ਸ਼ਹਿਰੀ ਸਿੰਗਰ ਨਹੀਂ ਕਹਿ ਸਕਦੇ ਸਾਡਾ ਪ੍ਰੈਕਟੀਕਲ ਹੈ ਬਾਜ਼ਿਆਦਾ ਆਵਾਜ਼ ਰਸੀਲੇ ਤੇ ਲੱਗੇ ਸ਼ੇਰ ਅਲੂਣਾ ਦੁੱਧ ਦੇ ਵਿੱਚ ਜੇ ਖੰਡ ਮਲਾਈਏ ਤੇ ਮਿੱਠਾ ਹੋਵੇ ਦੂਣਾ